ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਜੀ ਹਰਮਨ ਦਾੜਖੋਟੇ। ਅਤੇ ਸਰ, ਇਸ ਟਾਈਮ ਤੁਸੀਂ ਅਕਾਲੀ ਦਲ ਪਾਰਟੀ ਤੋਂ ਐਸ ਓ ਆਈ ਦੇ ਜਿਹੜੇ ਜਿਉਂਦੇ ਜਿਹੜੇ ਬਣੇ ਹੋ, ਤੁਸੀਂ ਉਹਦੇ ਬਾਰੇ ਜਾਣਕਾਰੀ ਦਿਓ ਜੀ। ਮੈਂ ਜੀ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਐਸ ਓ ਆਈ ਵਿੰਗ ਸਟੂਡੈਂਟ ਔਰਗਨਾਈਜੇਸ਼ਨ ਆਫ ਇੰਡੀਆ, ਉਹਦੇ 'ਚ ਮਾਲਵਾ ਜ਼ੋਨ 2 ਦਾ ਪ੍ਰਧਾਨ ਹੈ। ਅਤੇ ਇਸ ਟਾਈਮ ਮੈਂ ਐਸ ਓ ਆਈ ਵੱਲੋਂ ਇੱਥੇ ਮਾਲਵਾ ਜ਼ੋਨ 'ਚ ਪ੍ਰੈਜੀਡੈਂਟਸ਼ਿਪ ਤੌਰ 'ਤੇ ਮਤਲਬ ਵਰਕ ਕਰ ਰਿਹਾ। ਅਤੇ ਸਰ, ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਨੂੰ ਲੈ ਕੇ ਸਰਗਰਮੀਆਂ ਤੁਸੀਂ ਕਰ ਰਹੇ ਹੋ? ਇਹਦੇ ਸਰ ਮੇਰੇ ਕੋਲ 3 ਜ਼ਿਲ੍ਹੇ ਨੇ, ਮਤਲਬ ਮਾਲਵਾ ਜ਼ੋਨ 2 'ਚ ਮੁਕਤਸਰ ਹੋ ਗਿਆ, ਫਰੀਦਕੋਟ ਹੋ ਗਿਆ ਅਤੇ ਆਪਣਾ ਮੋਗਾ ਹੋ ਗਿਆ ਜੀ। ਇਹਦੇ 'ਚ 11 ਹਲਕੇ ਨੇ। ਉਹਨਾਂ 'ਚ ਅਸੀਂ ਜਿਵੇਂ ਪਿਛਲੀ ਦਿਨੀ ਥੋੜ੍ਹੇ ਦਿਨ ਪਹਿਲਾਂ ਅਸੀਂ ਮਤਲਬ ਦੌਰਾ ਰੱਖਿਆ ਸੀਗਾ, ਮਤਲਬ ਐਸ ਓ ਆਈ ਮਾਲਵਾ ਜ਼ੋਨ 2 ਦਾ, ਅਤੇ ਵੱਖ ਵੱਖ ਅਸੀਂ ਜ਼ਿਲ੍ਹਿਆਂ 'ਚ ਅਤੇ ਹਲਕਿਆਂ 'ਚ ਜਾ ਕੇ ਜਿਹੜੇ ਉੱਥੋਂ ਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਨੇ ਇੰਚਾਰਜ ਨੇ, ਮਤਲਬ ਉਹਨਾਂ ਇੰਚਾਰਜ ਤੋਂ ਅਸੀਂ ਜਿਵੇਂ 6 ਜਾਂ 7 ਮੈਂਬਰ ਐਸ ਓ ਆਈ ਲਈ, ਜਿਵੇਂ ਹਲਕਾ ਪ੍ਰਧਾਨ ਹੋ ਗਏ ਜਾਂ ਜ਼ੋਨ ਲਈ 5-6 ਮੁੰਡੇ, ਉਹਨਾਂ ਦੀਆਂ ਉਹ ਐਕਟੀਵਿਟੀਆਂ ਲਈ ਅਸੀਂ ਮਤਲਬ ਆਉਣ ਵਾਲੇ ਸਮੇਂ 'ਚ ਐਸ ਓ ਆਈ ਵੱਧ ਚੜ੍ਹ ਕੇ ਜਿਹੜਾ ਇਲੈਕਸ਼ਨ ਆ ਰਹੇ ਆ 2022 'ਚ ਆਪਦਾ ਯੋਗਦਾਨ ਪਾਊਗੀ। ਅਤੇ ਉਹਦੇ ਰਿਲੇਟਡ ਅਸੀਂ ਅਗਾਂਹ ਇਹਦੀਆਂ 18-19 ਤਰੀਕ ਤੱਕ ਸਾਡੀ ਮਤਲਬ ਐਸ ਓ ਆਈ ਜ਼ੋਨ 2 ਦੀ ਜਿਹੜੀ ਵੀ ਜਥੇਬੰਦਕ ਢਾਂਚਾ ਹੈਗਾ ਉਹਨੂੰ ਅਸੀਂ ਅਨਾਊਂਸ ਕਰ ਰਹੇ ਹਾਂ। ਅਤੇ ਉਹਦੇ ਗਤੀਵਿਧੀਆਂ ਅਨੁਸਾਰ ਅਸੀਂ ਇੱਕ ਹਰ ਇੱਕ ਮਨੁੱਖ ਲਾਵੇ ਗਰੁੱਪ, ਸਾਡੇ ਪ੍ਰਧਾਨ ਜੀ ਨੇ ਰੋਮਨ ਬਰਾੜ ਭਾਸਕਰ ਇੱਕ ਮੁਹਿੰਮ ਚਲਾਈ ਗਈ ਸੀ, ਅਤੇ ਉਹਦੇ ਅਨੁਸਾਰ ਹੀ ਅਸੀਂ ਸਾਰੇ ਹਲਕਿਆਂ ਜਾ ਕੇ ਇੱਕ ਇੱਕ ਰੁੱਖ ਲਾਇਆ ਅਤੇ ਉਹਨਾਂ ਤੋਂ ਪ੍ਰਧਾਨ ਲਏ। ਅਤੇ ਸਰ, ਤੁਹਾਡਾ ਜਿਹੜਾ ਹੁਣ ਵਿਧਾਨ ਸਭਾ ਆਉਣ ਵਾਲੀ ਜਿਹੜੇ ਇਲੈਕਸ਼ਨ ਹੈ, ਇਹਦੇ ਵਿੱਚ ਤੁਹਾਡਾ ਕੀ ਮੈਨੀਫੈਸਟੋ ਹੋਏਗਾ ਜੀ? ਐਸ ਓ ਆਈ ਵੱਲੋਂ ਤਾਂ ਜੀ ਮੈਨੀਫੈਸਟੋ ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿਵੇਂ ਸਾਡੇ ਪ੍ਰਧਾਨ ਜੀ ਨੇ ਮਤਲਬ ਪਿਛਲੇ ਦਿਨੀ ਕਾਫੀ ਜਿਵੇਂ 800 ਯੂਨਿਟ ਮਾਫ ਸਟੂਡੈਂਟਸ ਨੂੰ ਲਾ ਲਓ ਵੀ ਉਹਨਾਂ ਨੇ 10 ਲੱਖ ਦੇ ਵਜ਼ੀਫੇ ਤੌਰ 'ਤੇ ਵੀ, ਜਿਹੜੇ ਕੋਈ ਬਾਹਰ ਜਾਣਾ ਚਾਹੁੰਦਾ ਕੋਈ ਇਮੀਗ੍ਰੇਸ਼ਨ ਤੌਰ 'ਤੇ, ਜਾਂ ਕਿਸੇ ਨੇ 10 ਲੱਖ ਰੁਪਈਏ ਦਾ ਕੋਈ ਵੀ ਕਿਸੇ ਵੀ ਸਟੂਡੈਂਟ ਲੋਨ ਲੈਣਾ, ਵੀ ਆਪਦੇ ਸਟੂਡੈਂਟ ਕੋਈ ਵੀ ਲੋਨ ਲੈ ਸਕਦਾ ਉਹਦੇ 'ਤੇ ਵਿਦਆਊਟ ਇੰਟਰਸਟ, 0 ਇੰਟਰਸਟ 'ਤੇ ਜੇ ਸਾਡੀ ਸਰਕਾਰ ਆਉਂਦੀ ਹੈ। ਉਹਨਾਂ ਨੇ ਹੋਰ ਵੀ ਐਸੀ ਕਈ ਮੰਗਾਂ ਨੇ ਜਿਵੇਂ ਨੌਕਰੀ ਨੂੰ ਲੈ ਕੇ ਪ੍ਰਾਈਵੇਟ ਅਦਾਰੇ 'ਚ, ਸਰਕਾਰੀ ਅਦਾਰਿਆਂ 'ਚ ਉਹਨਾਂ ਨੇ ਕਾਫੀ ਮਤਲਬ ਮੈਨੀਫੈਸਟੋ 'ਚ ਕੱਢਿਆ, ਅਤੇ ਸਟੂਡੈਂਟਸ ਨੂੰ ਮੁੱਖ ਰੱਖਿਆ ਗਿਆ। ਅਤੇ ਅਸੀਂ ਸੁਖਬੀਰ ਜੀ ਦਾ, ਸਾਡੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਦਾ ਇਹ ਗੱਲੋਂ ਬਹੁਤ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸਟੂਡੈਂਟਸ ਨੇ ਜਾਂ ਸਟੂਡੈਂਟਸ ਦੀਆਂ ਜਿਹੜੇ ਮਤਲਬ ਡਾਕਟਰ ਨੇ ਜਾਂ ਹੁਣ ਦੇ ਟਾਈਮ ਦੇ ਉਹਨਾਂ ਨੂੰ ਕੀ ਉਹ ਆ ਰਹੀਆਂ ਨੇ ਪ੍ਰੋਬਲਮਸ, ਉਹਨਾਂ ਨੂੰ ਸਮਝਦੇ ਹੋਏ ਮੈਨੀਫੈਸਟੋ 'ਚ ਕਾਫੀ ਉਹਨਾਂ ਨੇ ਮਤਲਬ ਐਡ ਆਨ ਕੀਤੇ। ਸਰ, ਜ਼ਿਆਦਾਤਰ ਸਟੋਰੀ ਦੇ ਵਿੱਚ ਦੇਖਿਆ ਜਾਂਦਾ ਕਿ ਜਿਹੜੀ ਯੂਥ ਵਿੰਗ ਹੁੰਦੀ ਹੈ ਜਿਵੇਂ ਐਸ ਓ ਆਈ ਹੈ, ਇਹ ਵਿੰਗ ਨੂੰ ਜ਼ਿਆਦਾਤਰ ਤਾਂ ਇਲੈਕਸ਼ਨ ਦੇ